चेक करके बोलांगे चेक करके जिहड़ी फिलिंग दी रिक्वायर्ड होवेगी ओह करके दी फिलिंग फिर मिट्टी मैम असीं टाइम नहीं पाई क्योंकि पानी आ गया तो नाली दब जानी है मिट्टी दा वाश आउट हो जाएगी जी उहदी तरफ ਸਾਨੂੰ ਰੁਕਣੀ ਪੈਣੀ ਹੈ ਪਹਿਲਾਂ ਕਿ ਪਹਿਲਾਂ ਤਾਂ ਬੇਸ ਬਣਾਉਣਾ ਪੈਣਾ ਹੈ ਜਿਹਦੇ ਉੱਪਰ ਪਾਈ ਜਾਵਾਂਗੇ ਨੀਚੇ ਪੂਰੀ ਜਾਊਗੀ ਉਹਦੇ ਮੈਂ ਪਹਿਲਾਂ ਸੀ ਜਿਵੇਂ ਬੈਗ ਸੀ ਨਾ ਸੈਂਡ ਬੈਗ ਦਾ ਸੀ ਬੜੇ ਸਿੱਟੇ ਉਹਦੇ ਉੱਪਰਲੀ ਜਿਹੜੀ ਲਿਸਟ ਕੀਤੀ ਹੈ ਸੀ ਉਹ 200 ਬੈਗ ਪਤਾ ਵੀ ਲੱਗਿਆ ਸਾਨੂੰ ਕਿੱਧਰ ਭੇਜ ਉਹ ਸਿੱਟੀ ਗਏ ਰੂੜੀ ਗਏ ਫਿਰ ਅਸੀਂ ਇਹ ਬੈਂਬੂ ਰੀਇਨਫੋਰਸਮੈਂਟ ਦਾ ਕਰਕੇ ਨਾ ਅਰੇਂਜਮੈਂਟ ਟੈਂਪਰੇਰੀ ਫਿਰ ਉਹਦੇ ਨਾਲ ਇਨਸਾਈਡ ਅਸੀਂ ਰੁਕੇ ਸੀ ਇਹ ਰੰਨਾ ਕਾ ਜ਼ਿਆਦਾ सिर्फ ब्रिज कोई नुकसान नहीं है किसी पॉइंट से भी ये सिर्फ अप्रोच है इन्नी असि ट्रीट कर देंगे ट्रीट करके थ्रू कर देंगे खाली निकलिया निकलिया मिट्टी।